की हाल है मेरे शहर का, तुहाडा बहुत बहुत स्वागत। अज मेरा ख्याल शायद 28 तरीक है, 28 फरवरी 2023, तो बठिंडा दी ठंडी सड़क, वेला 10 बजे दे विच कोई 13-14 मिनट। देख रहे हो तुसी किन्ना भीड़ भाड़ का एरिया, और ये सड़क जिहड़ी है इस शहर के MLA सरदार जगरूप सिंह गिल होना दे घर नूं जांदी है। वैसे कहन नूं उही गल है कि ठंडी सड़क है, पर इत्थे गर्माहट है जिहड़ी वह बहुत रहिंदी है। आ फल बाजार है, इधर सब्जियां वाले हुंदे ने, जे झात मारो तां इधरले पासे, पर देखो गल ये है भी सारे शहर दे विच जे असीं देख लीए, बहुत अज कल जिन्हों कह सकते भी गुंडागर्दी है वो चल रही है। हुण कल दा ही वाकया है भी इत्थे मेरे एक वीर दा फोन आया, भाई जी यार हुण अपने बठिंडे च भी हफ्ता वसूली बड़े कमाल दी होनी शुरू हो गई। मैं कहा जी की हो गया? एडवोकेट ने सूर्याकांत कहिंदे, भाई जी मैं अपने वाइफ नाल इत्थे सब्जी लैण आया सी, ते बाकी दी घटना वो दसणगे। आओ चलदे आ। सूर्यकांत जी सत श्री अकाल, की हाल है भाई? ठीक है सर, वधिया। जदों तुहाडा सवेरे फोन आया कि मैनू पूरी गल नहीं सी समझ आई, तो मैनू ऐसी भी चलो मैं तुहानू पुछ लवां की है की सर। एक्चुअली 9:30 दा रात कल दी गल है, टाइम होएगा, मैं वाइफ नाल जा रहा सी फ्रूट लैण दे लई। मैं देखिया जी मतलब 5 नंबर गली दे कॉर्नर तों मतलब कुछ लड़के है जिहड़े वो निकल के आए, 5 तों 6 जने होणगे करीब, उन्हां कोले जिहड़ा हैगा शार्प वैपन सीगे। उन्होंने मतलब आके जिहड़ी फ्रूट वाली इत्थे रेहड़ियां लगदियां जी, उन्होंने जेबां चों पैसे खिंचने कढ़ने शुरू करते, तो जो मतलब खिचातुई दे विच उन्होंने हैगा जिहड़ा फ्रूट वाले रेहड़ी दे बांह दे उत्ते भी जिहड़ा हैगा शार्प वैपन नाल मतलब मारिया। तो इन्ना ज़्यादा सहम दा माहौल हो गया कि फ्रूट वाले ते सब्जी वाले आपदियां रेहड़ियां छड्ड के जिहड़ा हैगा दुकानां वाले दुकानदार बंद करके भज गए। मतलब हफ्ता मंगण लई जिहड़ा उह कहिंदे सी असीं आए हैगे। ਤੁਸੀਂ ਕਿੱਥੇ ਸੀ ਉਦੋਂ? ਮੈਂ ਜੀ 4 ਨੰਬਰ ਗਲੀ ਦੇ ਕਾਰਨਰ ਤੇ ਖੜਾ ਸੀਗਾ ਜੀ। ਤੁਸੀਂ ਕੀ ਕਰਨ ਆਏ? ਮੈਂ ਆਪਦੀ ਵਾਈਫ ਨਾਲ ਫਰੂਟ ਲੈਣ ਜਾ ਰਿਹਾ ਸੀਗਾ ਜੀ, ਮੈਂ ਉੱਥੇ ਸ਼ੋਰ ਸ਼ਰਾਬਾ ਦੇਖ ਕੇ ਰੁਕ ਗਿਆ। ਅੰਦਾਜ਼ਨ ਕਿੰਨੇ ਲੋਕ ਸੀ? 5 ਤੋਂ 6 ਜਣੇ ਤਾਂ ਹੋਣਗੇ ਜੀ ਘੱਟੋ ਘੱਟ। ਉਮਰ ਕਿੰਨੀ? ਯੰਗ ਸੀ ਸਰ ਜੀ, ਸਾਰੇ ਯੰਗ ਸੀ। ਪੁਲਿਸ ਈਵਨ ਕਿ ਸਰ ਉਸ ਤੋਂ ਬਾਅਦ ਮੈਂ ਪੁਲਿਸ ਨੂੰ ਫੋਨ ਵੀ ਕੀਤਾ, ਪੁਲਿਸ ਨੇ ਬੰਦੇ ਵੀ ਆਈਡੈਂਟੀਫਾਈ ਕਰ ਲਿਆ ਸਰ, ਕਿਉਂਕਿ ਉਹਨਾਂ ਨੇ ਇੱਕ ਵਾਰਦਾਤ ਅੱਗੇ ਗਲੀ ਦੇ ਵਿੱਚ ਜਾ ਕੇ ਕੀਤੀ ਹੈ। ਮੈਂ ਪੁਲਿਸ ਅਫਸਰ ਉੱਥੇ ਆਏ ਸੀਗੇ, ਲੇਟ ਆਏ, ਪਰ ਮੈਂ ਉਹਨਾਂ ਨੂੰ ਬੰਦੇ ਵੀ ਆਈਡੈਂਟੀਫਾਈ ਹੋ ਗਿਆ, ਪਰ ਹਜੇ ਤੱਕ ਜਿਹੜਾ ਸਬਜ਼ੀ ਵਾਲੇ ਫਰੂਟ ਵਾਲਿਆਂ ਦੀ ਦਹਿਸ਼ਤ ਹੈ, ਕਿਉਂਕਿ ਕਿਸੇ ਬੰਦੇ ਦੀ ਕੋਈ ਅਰੈਸਟ ਨਹੀਂ, ਕੋਈ ਵੱਡਾ ਪੁਲਿਸ ਅਫਸਰ ਆ ਕੇ ਕੋਈ ਇਹਨਾਂ ਨੂੰ ਸ਼ੋਰਟੀ ਨਹੀਂ ਦੇ ਕੇ ਗਿਆ ਵੀ ਅਸੀਂ ਤੁਹਾਡੇ ਨਾਲ ਹੈ। ਪ੍ਰਵਾਸੀ ਬੰਦੇ ਆ ਸਰ, ਕਿੱਥੇ ਮਤਲਬ ਆਪਦਾ ਮਸਾ ਗੁਜ਼ਾਰਾ ਕਰਦੇ ਆ, ਅਤੇ ਕਿੱਥੇ ਉਹਨਾਂ ਨਾਲ ਇਹੋ ਜਿਹੀ ਵਾਰਦਾਤ ਹੋ ਗਈ ਸਰ? ਇਹ ਨਾ ਦੇਖੋ ਸਮਝ ਨਹੀਂ ਆ ਰਹੀ ਕਿ ਇਹ ਕਿੱਧਰਲੇ ਪਾਸੇ ਲਾਅ ਐਂਡ ਆਰਡਰ ਜਾ ਰਿਹਾ, ਨਹੀਂ ਬਿਲਕੁਲ ਸਮਝ ਆ ਰਹੀ, ਬਿਕੋਜ਼ ਤੁਸੀਂ ਪਰਸੋਂ ਦੀ ਗੱਲ ਹੈ ਸ਼ਾਇਦ ਲਾਲ ਸਿੰਘ ਬਸਤੀ ਦੇ ਵਿੱਚ ਵੀ ਇੱਕ ਘਰ ਦੇ ਵਿੱਚ ਮੈਂ ਹਾਲਾਤ ਦੇਖ ਕੇ ਆਇਆ ਸੀਗਾ, ਸਾਰਾ ਕੁਛ ਤੋੜਿਆ ਪਿਆ, ਕਹਿੰਦੇ 20-25 ਲੋਕ ਆਏ ਨੇ, ਖੜੇ ਰਹੇ ਨੇ, ਈਵਨ ਕਿ ਸਾਡੇ ਮੁੰਡੇ ਨੂੰ ਅਸੀਂ ਐਡਮਿਟ ਕਰਾਉਣ ਨਹੀਂ ਜਾ ਸਕੇ ਵੀ ਯਾਰ ਉਹ ਫੇਰ ਨਾ ਕੁੱਟਣ। ਇਹ ਸਰ ਸਿਸਟਮ, ਤੁਸੀਂ ਤਾਂ ਵਕੀਲ ਹੋ, ਕਿੱਧਰ ਨੂੰ ਕੀ ਹੋ ਕੀ ਰਿਹਾ? ਸਰ ਮੈਂ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਢਿੱਲ ਹੀ ਆਖੂੰਗਾ ਸਰ, ਵੀ ਜਿਹੜਾ ਪੁਲਿਸ ਦਾ ਕੰਟਰੋਲ ਨਹੀਂ ਹੈਗਾ ਸਰ। ਤੁਸੀਂ ਈਵਨ ਕਿ ਸਰ ਇਹ ਦੇਖੋ, ਸਰਕਾਰੀ ਨੰਬਰ 'ਤੇ ਸਰ ਅਸੀਂ ਘੱਟੋ ਘੱਟ 5 ਤੋਂ 10 ਵਾਰ ਫੋਨ ਕਰਦੇ ਹਾਂ ਸਰ, 20-20 ਮਿੰਟ ਲੱਗ ਜਾਂਦੇ ਸਰ, ਸਾਡਾ ਕੋਈ ਫੋਨ ਨਹੀਂ ਅਟੈਂਡ ਕਰਦਾ। ਸਰ ਜਦੋਂ ਕੋਈ ਵੱਡੀ ਵਾਰਦਾਤ ਹੋ ਜੂ ਜਾਂ ਕਿਸੇ ਦਾ ਮਰਡਰ ਹੋ ਜੂ, ਉਹਦੀ ਪੁਲਿਸ ਨੇ ਆਉਣਾ ਸਰ, ਜਾਂ ਪਹਿਲਾਂ ਆ ਕੇ ਉਹਨਾਂ ਨੇ ਕਿਸੇ ਨੂੰ ਪ੍ਰੋਟੈਕਟ ਨਹੀਂ ਕਰਨਾ ਸਰ? 20-20 ਮਿੰਟ ਅਸੀਂ ਸਰਕਾਰੀ ਨੰਬਰ 'ਤੇ ਫੋਨ ਕਰਦੇ ਹਾਂ, ਦੈਨ ਮੈਂ ਸਰ ਉਸ ਤੋਂ ਬਾਅਦ DSP ਸਾਹਿਬ ਨੂੰ ਕਾਲ ਕੀਤੀ ਹੈ, ਮੈਂ ਕਿਹਾ ਸਰ ਤੁਹਾਡੇ ਜਿਹੜੇ ਥਾਣੇ ਵਾਲੇ ਹੈਗੇ ਉਹ ਫੋਨ ਨਹੀਂ ਚੱਕ ਰਹੇ, ਜੇ ਕੋਈ ਆਉਂਦਾ ਤਾਂ ਸਾਡੇ ਕੋਲ ਫੋਰਸ ਨਹੀਂ ਜੀ, ਗੱਡੀ ਨਹੀਂ ਜੀ, ਸਰ ਅਸੀਂ ਥੋੜ੍ਹੀ ਨਾ ਗੱਡੀ ਪ੍ਰੋਵਾਈਡ ਕਰਨੀ ਹੈ ਜੀ, ਆਪਦੇ ਉੱਚ ਅਫਸਰਾਂ ਨੂੰ ਲਿਖਣ ਸਰ ਉਹ। ਇਹ ਨਾ ਇਹ ਮਸਲਾ ਜਿਹੜਾ ਜਿਹੜੀ ਤੁਸੀਂ ਗੱਲ ਕੀਤੀ ਵੀ ਫੋਰਸ ਹੈ ਨਹੀਂ, ਆਪਣਾ ਕਨਾਲ ਥਾਣਾ ਪੈਂਦਾ ਇਸ ਏਰੀਏ ਨੂੰ, ਠੀਕ ਹੈ, ਉਹਦੇ 'ਚ ਤੁਹਾਨੂੰ ਪਤਾ ਮੈਨ ਪਾਵਰ ਕਿੰਨੀ ਹੈ? ਸਰ ਮੈਂ ਜੋ ਕੱਲ੍ਹ ਮੈਨੂੰ ਮੈਨ ਪਾਵਰ ਦੱਸ ਕੇ ਗਏ ਜੀ, ਜੋ ਮੌਕੇ 'ਤੇ ਮੌਜੂਦ ASI ਸੀ, ਮੈਂ ਨਾਮ ਤਾਂ ਨਹੀਂ ਲੈਂਦਾ, ਉਹਨਾਂ ਦੀ ਵਰਡਿੰਗ ਜੋ ਮੇਰੇ ਨਾਲ ਪਬਲਿਕ ਦੇ ਬੰਦੇ ਵੀ ਖੜੇ ਆ, ਉਹਨਾਂ ਦੀ ਵਰਡਿੰਗ ਤਾਂ ਇਹ ਸੀ ਜੀ ਮੇਰੇ ਕੋਲ ਸਰਕਾਰੀ ਗੱਡੀ ਵੀ ਹੈ ਨਹੀਂ, ਮੈਂ ਇਕੱਲਾ ਜਾ ਕੇ ਦੱਸੋ ਕੀ ਕਰਾਂ ਜੀ। ਉਹਨਾਂ ਨੂੰ ਮੇਰੇ ਖੜੇ ਵੀ ਫੋਨ ਆ ਰਿਹਾ ਸੀ ਵੀ ਸਾਡੇ ਕੋਲ ਮਹੱਲੇ 'ਚ ਆਹ ਵਾਰਦਾਤ ਹੋ ਗਈ, ਬਲਕਿ ਉਹ ਉੱਧਰ ਜਾਣ ਦੀ ਬਜਾਏ ਕਹਿੰਦੇ ਜੀ ਮੇਰੇ ਕੋਲ ਕੋਈ ਫੋਰਸ ਹੈ ਨਹੀਂ, ਮੈਂ ਵਾਪਸ ਜਾ ਰਿਹਾ। ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ, ਹੁੰਦਾ ਕੀ ਹੈ, ਅਸੀਂ ਯਾਰ ਅਸੀਂ ਠੀਕ ਹੈ ਅਸੀਂ ਕਹਿ ਦਿੰਦੇ ਹਾਂ ਯਾਰ ਵੀ ਇਹ ਪੁਲਿਸ ਵਾਲੇ ਨਹੀਂ ਆਏ। ਮੈਂ ਵਾਰ-ਵਾਰ ਇਹ ਤਾਕੀਦ ਕਰ ਚੁੱਕਿਆ ਕਿ ਸਰ ਆਪ ਇਸ ਏਰੀਏ ਨੂੰ ਜਿਹੜਾ ਆ ਫੋਰਸ ਜ਼ਿਆਦਾ ਦੀ ਲੋੜ ਹੈ, ਬਿਕੋਜ਼ ਇਧਰਲੇ ਪਾਸੇ ਥੋੜ੍ਹੇ ਕ੍ਰਾਈਮ ਜ਼ਿਆਦਾ ਹੁੰਦੇ ਆ। ਬਟ ਮੈਂ ਅੱਜ ਤੋਂ ਕੁਛ 6-7 ਮਹੀਨੇ ਪਹਿਲਾਂ ਪਤਾ ਕੀਤਾ ਸੀ ਸਿਰਫ 39 ਪੀਪਲਸ ਆਰ ਵਰਕਿੰਗ ਦੇ ਆ, 39 ਦੇ ਵਿੱਚ SHO ਸਭ ਇਨਕਲੂਡ, ਉਹਨਾਂ ਦਾ ਡਰਾਈਵਰ ਇਨਕਲੂਡ, ਉਹਨਾਂ ਦੇ ਮੁਨਸ਼ੀ ਇਨਕਲੂਡ, ਉਹ ਲੋਕ ਜਿਹੜੇ ਲੋਕ ਜਿਵੇਂ ਹੁਣ ਕਿਸੇ ਨੇ ਤਰੀਕ 'ਤੇ ਜਾਣਾ ਹੈ ਨਾ ਸਰ,
जे मार्केट काम करने वाले लोग होंगे जिन्होंने आप आईओ कह दें, आई थिंक दो सी हुण तुसीं देखो 24 घंटे दो आईओ कितना काम कर लैणगे। बिल्कुल सर, वो भी यही गल कह रहे थे, कहते सर मैनू कॉल आई है मैं हुण आ गया, कहते उन्हां कोल ईवन की शार्प वैपन है, मेरे कोई हथियार नहीं, मैं उत्थे जाके की करां जी। कहते मैं सर फिर सानू प्रोटैक्शन की की, कहते जी तुसीं गल कर लो। फिर मैं उच्च अफसर नाल भी गल की, वो कहते जी सवेरे मैं देखदा, SHO साहब दे सरकारी नंबर ते फोन करदे आ, फोन ही नहीं पिक करदे। एक एक होर त्रासदी इस एरिए दी बीरा जी, मैं तुहाडे नाल भी गल करूंगा, इस एरिए दे विच SHO नहीं कोई टिकदा। देखो जी टिकन की तो कोई ऐसी गल नहीं हैगी, ये तो हुण उही दस सकदा भी क्यों नहीं टिकदे। एरिया वड्डा है, ठीक है असीं मन्नदे हांगे, पर सर एरिया कंट्रोल करना है तो हुण पुलिस की जिम्मेवारी बनती है सर। देखो जे जे असीं झात मारीए भी इस थाने दे विच SHO हर बंदा जिहड़ा आंदा उह ड्यूटी करना चाहुंदा है, पर जिस बंदे कोल ऐ कह लो भी मुलाजम है नहीं ਕਿੱਦਾਂ ਕੋਈ ਕੰਮ ਕਰੇਗਾ, ਹੈ ਨਾ। ਇਹ ਬਾਕੀ ਇਹ ਗੱਲ ਸਹੀ ਵੀ ਸੀਨੀਅਰ ਅਫਸਰਾਂ ਦਾ ਉਹਨਾਂ ਨੇ ਦੇਖਣਾ ਵੀ ਯਾਰ ਅਸੀਂ ਇਹਨਾਂ ਨੂੰ ਇੱਥੇ ਕਿੰਨੇ ਬੰਦਿਆਂ ਦੀ ਲੋੜ ਹੈ ਅਤੇ ਕਿੰਨੇ ਬੰਦੇ ਇਹਨਾਂ ਕੋਲ ਹੈਗੇ ਆ, ਤਾਂ ਹੀ ਜਿਹੜਾ ਨਹੀਂ ਤਾਂ ਹੁਣ ਤੁਸੀਂ ਇਹ ਵੇਖੋ ਵੀ ਆਹ ਇੱਥੇ ਤੁਸੀਂ ਦੱਸ ਰਹੇ ਹੋ ਉਹਨਾਂ ਕੋਲ ਸ਼ਾਰਪ ਵੈਪਨ ਸੀ ਮਾਰ ਰਹੇ ਆ, ਹੁਣ ਹੁਣ ਵੀ ਇੱਕ ਵਾਰੀ ਦਿਖਾ ਦਿਓ ਇੱਕ ਤੁਹਾਨੂੰ ਫਰੂਟ ਦੀ ਕੋਈ ਰੇਹੜੀ ਦਿਖ ਰਹੀ ਹੈ, ਅਤੇ ਨਹੀਂ ਤਾਂ ਸਵੇਰੇ ਇੱਥੇ ਫਰੂਟ ਦੀਆਂ ਰੇਹੜੀਆਂ ਦਾ ਐਂ ਕਹਿ ਲਓ ਵੀ ਪੂਰੇ ਉੱਥੋਂ ਤੱਕ ਹੁੰਦੀਆਂ, ਜਾਂ ਆਹ ਦੇਖੋ ਇਹ ਸਾਰੀ ਮੰਡੀ ਲੱਗੀ ਹੁੰਦੀ ਹੈ, ਇਹ ਸਾਰੀ ਉਹ ਦੇਖੋ ਕਰਿਓ ਜਿਹਦਾ ਵੀ ਜੀਵ ਦਿੱਤਾ। ਹੁਣ ਬੰਦ ਹੋਈ ਆ, ਬੋਲਿਓ ਕੁਛ। ਘੱਟ ਗਈ ਜੀ, बोलो बोलो बोलो। ਜਿਹੜੀ ਟੈਨਸ਼ਨ ਹੈ ਨਾ ਉਹ ਸਤਾਉਂਦੀ ਰਹਿੰਦੀ ਹੈ ਕਿ ਬਾਈ ਜੀ ਹੁਣ ਅਸੀਂ ਕੀ ਕਰੀਏ। ਜਿਹੜੀ ਤੁਸੀਂ ਤੁਸੀਂ ਲੋਕ ਇੱਥੇ ਨੇੜੇ ਰਹਿੰਦੀਆਂ, ਕੀ ਨਾਮ ਤੁਹਾਡਾ? ਮੇਰਾ ਨਾਮ ਮੋਹਰ ਲਾਲ ਹੈ ਸਰ। ਮਨੋਹਰ ਲਾਲ, ਮੋਹਰ ਲਾਲ, ਤੁਸੀਂ ਉਸ ਵੇਲੇ ਇੱਥੇ ਸੀ ਜਦੋਂ ਸਾਰਾ ਕੁਝ? ਨਹੀਂ, ਆਪਣੇ ਦੁਕਾਨ ਪੇ ਥੇ ਇੱਧਰ ਰੋੜਾ ਮੱਚਾ ਜਗਾ ਤਾਂ ਹਮ ਦੁਕਾਨ ਮੈਂ ਕਿਹਾ ਸਿੱਜੇ ਜੇ ਤੋੜ ਦੇਂਗੇ, ਹਮ ਵੀ ਦੁਕਾਨ ਬੰਦ ਕਰਕੇ ਚਲੇ ਗਏ, ਹੋਰ ਕੀ ਕਰਾਂ। 9 ਵਜੇ ਚਲੇ ਗਏ ਸਰ। 9 ਵਜੇ? ਹਾਂਜੀ ਹਾਂਜੀ।
दस बजे रोज करते थे, आज नौ बजे रात चले गए। डर से क्या करते है? वो तो कुल्हाड़ी लेके आए बंदे मार रहे रेडियो। आपकी दुकान पे तो नहीं आए? नहीं, दुकान पे नहीं आए। चलो अच्छा, भगवान की दया से नहीं आया। सिंह साहब तुम इतने ही हो? क्या नाम तुम्हारा? मेरा दविंदर सिंह। दविंदर सिंह जी, की देखा तुम उस वे? देखना की जनाब साड़ी दुकान गुड़ प्राइस तौला मेरा। मैं तो अंदर सी, बाहर रौला पै रहा सी, गड़ाथी ना शरेआम गुंडागर्दी हो रही थी। तुसी वो मंजर इमेजिन करो, इमेजिन कि यार की हो रहा होना उस वे। ठीक है, असं लोग हूँ बाद पहुंचे हैं, खबर कर रहे हैं, चार शब्द बोल रहे हैं, पर उस वे लोगों के दिलों धड़कना का देखना हाल की होना, किमें उन्होंने धड़कना तेज हुई होनी है भी हाए यार वाहगुरु कि मेरे को ना ये बंदे आ जाए, मेरे वाल ना आ जाए। की नाम बाबू जी, तुम भी इतने होंगे हो? हाँ जी, हाँ जी। की नाम थोड़ा? मेरा असलम है जी। हाँ असलम। असलम जी, असलम जी तुम की काम करते हो? मूंगफली मक्का की रेड़ी लाने जी। इतनी जी तुर फिर के लाने, बाकी जिस रोड़ा हुआ था उस वे असं इधर ही थे। तुम इतने जी? की होया फिर? तुम तीन चार बंदे मोटरसाइकिल आए थे इधर रेड़ी के कोले, खाए थे फलकी, कहते थे एक कहता चलो कहता मोड़, उन्हें मोड़ी है, इन्हें तो उन्हें उधर के कुलाड़ी मारना शुरू कर दी। कितने सी रेडी वाला, कितने सी जिधर कुलाड़ी दे मारे? इधर पल्ले पास से, पल्ले पास से पुल दे, पल्ले पास ही क्या इतने खड़ी सी रेडी? तो जब पुल के कोले जब बोट लगे थे सी। आज ये दुकान आ फ्रूट वाली है। देखो गल फिर उत्थे आउंदी है, ए मेरे नाल फिर वीरा जी खड़े ने, वीर हालात एडे बदतर शहर दे हुंदे जा रहे ने। पत्रकार हो आप सारा दिन इतने तुरते फिरते हैं कि बसों है जी वध गई है। ठीक है जी, बेरोजगारी जी वध गई है, कितने ना कितने जी नशाखोरी बेरोजगारी उदे नाल हालात इदां दे हो गए ने कि नौजवानों को रोजगार है, वो नशा करते हैं, फिर वह जो नशे की पूर्ति लई जी वारदात करते हैं, कट्ठे मिलते हैं कितने ना कितने बैठ के, वह उन्होंने लगता है कि ये चीज़ सौखी है तो हो सकता उदे नाल जिहड़ा वारदातों के भी वाधा हो। पर जिहड़ी घटना हुण इस एरिए दे विच हुई, इस एरिए दे विच रहिंदा कौन है जी? सरदार जगरूप सिंह, वो इत्थों दे एम एल ए ने, और तुहानू ये दस दईए 1979 तो लैके 1922 तक वो इत्थों दे एम सी भी रहे। इसी एरिए दे विच वो लगातार इलैक्शन लड़े ने, पंज वार ते लगातार जिते ने। जिहड़े एरिए दे विच एक घटना करके गए ने ये लोग, ये उन्हां दा वार्ड है। जिहड़े लोग टिब्बे दे उपर रहिंदे ने वह कौन ने जी? वह सारे प्रवासी मजदूर सीगे जिहड़े 1979 दे विच इत्थे आए सीगे। अज जदों वह आए सीगे उस टाइम एक डर सी क्योंकि बाहरलियां स्टेटां तो आए सीगे, हुण उन्हां दे बच्चे हो गए अगे, जिहड़े बच्चे ने वह इत्थे जम्मे ने, इत्थे पले ने, वह अपने लोगों के पंजाबी लोगों के उस तरह का उन्होंने व्यवहार करना आ गया। लेकिन की होया कि वह वड्डे पद्धर के उपर उत्थे बेरोजगार ने, दूसरी गल ये है अनपढ़ता है, तीसरी गल ये है कि उत्थे नशा बहुत है क्योंकि जिन्ना चिट्टा सप्लाई हुंदा है जां चिट्टे दे ज़्यादा जिहड़े ने वह इस एरिए दे विचों पाए जांदे ने। हुण वह लोग एक नौजवान छोटी उम्र का उन्हां नूं उत्साह ही इन्ना मिल जांदा है नशा खाण वाले बंदे नूं जां बेचण वाले नूं जां जिहड़े छोटा मोटा जदों क्राइम कर लैंदे ने उन्हां नूं खुल मिल जांदी है कि वी यार सानूं रोकिया तां है नहीं, अज तां फलाने नूं कुटता। यही कारण ने उन्हां नूं किसे ने रोके ही नहीं, रोकण की कोशिश ही नहीं की गई। ये जिम्मेवारी किहदी बनती है? प्रशासन की, सरकार की, पुलिस की। कौन रोकूगा जी? आम बंदा रोक लो, तुसीं रोक लोगे, तुहाडे घर दे नाल क्राइम हुंदा होवे तुसीं रोक के दिखाओ, अज उत्थे हो रहा कल नूं हो सकदा उही घटना तुहाडे नाल हो जी। इन्ने फोन आते ने भीरा जी जे कहें भी भाजी जी साढ़े इस एरिए चिट्टा विकता, भाजी साढ़े इस एरिए शरेआम चिट्टा विकता, पर त्रास की सब तो वड्डी ये है कि तुसी कुछ कर नहीं सकते, किन्नियां खबर कर लोगे। ठीक है ना, कितने ना कितने डर यह भी लगता भी यार कितने सानू जानदियां नूं जिहड़ी तुसी गल कीती, बिल्कुल, क्योंकि असी लोग
ज़्यादा जाने मार्केट असं लोग पहचाने जाने साढ़े फेस जोड़े ने वो लोगों याद ये भी माड़ी घटना वापर पर प्रशासन के कहते जो सरक नहीं देखो प्रशासन को एको ही चीज़ है कि साढ़े को मैन पावर की घाट है हुण तुसीं ये देखो इस एरिए दे विच पहला चौंकी से जिन्हों रेलवे चौंकी कहा जाता सीगा उन्हों थाना बनाता हुण थाने दे अधीन एक चौंकी आउंदी है वर्धमान बाकी जिहड़ियां वो तकरीबन दूजे पासे रह जांदियां हुण इत्थे डिमांड सीगी इस एरिए दे विच कि जनता नगर एरिए दे विच नहर दे नेड़े तेड़े जिहड़ी है एक चौकी बनाई जाए वो चौंकी दे नाल की है कि पुलिस फोर्स नेड़े आ जूगी बार बार कहने के बावजूद भी पिछले जिहड़े अपने इत्थों दे SSP सीगे जया बालन एलन चेलियन उन्होंने भी इत्थे कुछ जगह जिहड़ी आ देखी MLA साहब नाल भी गलबात की कि सानू इत्थे कोई जगह प्रोवाइड कराओ तां कि असीं इस एरिए दे विच इक चौकी बना सकीए क्योंकि काफ़ी क्राइम है जिहड़ा वह वध रहा है पता नहीं उस तो अगे की होया वो डिसीजन का की बनया की नहीं लेकिन वारदातें जिहड़ियां वो बहुत वध रही हैं जिहड़े चंगे बंदे ने इस पास्यों कूच करने शुरू हो गए ने क्योंकि तुसीं ये देखो सारियां जगह के रेट वध गए तुसीं बठिंडा शहर के जिथे मर्जी चले जाओ रेट दुगना चौगना हो गया दिनों के ऐसे एरिया का रेट क्यों नहीं वध रहा है जी अगला डरता है अगला कहता भाजी इतने तो बहुत कुछ है सारे जने देखो जी तुम गल की अगला कहता यार भी ये तो अभी बाहर गए चंगे हैं जो कोई बंदा कहना लाइनो पार एरिया तो अगले दे जहन दे विच एक अक्ष जिहा बन जाता कि नहीं यार उत्थे तो आह बहुत माड़ी गल है उत्थे तो यार आह बहुत माड़ी गल है ये सारा कुछ हो रहा जिस तरह तुसीं गल कीती इस तरीके ब्रदर भागू रोड से एक रा मिस्टर चलाना उन्होंने चोरी होगी तुसीं भी खबर की चोरी होगी 3 दिन बाद फिर दोबारा चोरी हो रही है बंदे ट्रेस हो गए सर उन्होंने लोगों ने धरना भी लाया बट हले तक एक भी गिरफ्तारी नहीं हुई बिल्कुल देखो वह शायद होलसेल का काम करते हैं भागू रोड के उपर हाँ Amazon के नाल संबंधित है लेकिन उन्होंने दोबारा चोरी हुई मैं भी उन्होंने जाके आया वो जिहड़े बंदे सीगे जदों चोरी होने तो बाद एकदम मीडिया के गल फैल गई वो बंदे भज गए राजस्थान साइड के चले गए उन्होंने लोकेशन जो राजस्थान साइड हुण पुलिस इस गल के उत्ते कह रही है कि देखो जी असी टीम भेजिया हुई हैं लेकिन वो चेंज होंदे रहिंदे ने सानू उन्हां दी लोकेशन जिहड़ियां चेंज होंदियां रहिंदियां लेकिन असी लभ लांगे फड़ लांगे ये नहीं गा भी असी फड़ नहीं सकते कि फड़ लांगे लेकिन साढ़े कोले मैन पावर की घाट है हुण जिहड़ी मैन पावर की घाट है मैनू एक गल दस्सिओ जी साढ़े जिहड़ी पुलिस है यह आम लोगों वास्ते है कि खास लोगों वास्ते मेरी गल कई कौड़ी लगेगी सन 2009 दे विच पुलिस की भर्ती होंदी है 2010 च होंदी है 12 तक जिहड़ी कॉन्सटेबल भर्ती हुई है उस तो बाद जिहड़ी है भर्ती सब इंस्पैक्टर की हुई है 15-14 च जाके 14-15-16 विच दी टावा टाला कोई जिहड़ा मुलाजम भर्ती होंदा रहा चलो वह भी जो तरस के आधार पर जां कोई फैमिली दे विचों कोई प्रॉब्लम आई वो जिहड़े मुलाजम सीगे नौजवान मुंडे क्योंकि लंबे समय बाद भर्ती हुई सी भर्ती का प्रोसीजर होंदा कि 3-3 साल बाद होनी चाहिए लेकिन वो भर्ती जो हुई हुण वड्डे पद्धर के उपर जिहड़े सीनियर से रिटायर हो गए हुई जा रहे हैं 2026 च बहुत वड्डे पद्धर से होने जिहड़े वो नौजवान मुंडे भर्ती हुए सीगे अज कित्थे ने थाणे च देखे कदे वो गनमैन ने किन्हां दे चहेतियां दे वो गनमैन ने अधिकारियों के वो गनमैन ने खास अफसर के वो गनमैन ने पोलीटिशियना के उन्होंने की तो डर है जी तुसी वर्दीधारी हो वर्दीधारी की तो डर है जो वर्दीधारी भी गनमैन की जरूरत है फिर तो हर एक बंदे जरूरत है इसे हुण थाणियां दे विच मुलाजम वो ने जिन्हां का साल रह गया रिटायरमेंट का जिन्हां का 2 साल रह गया रिटायरमेंट का वो क्यों काम कर लेंगे जी वो कितों काम कर लेंगे बिल्कुल अगला कहता यार भी चुप करके आप अपनी जी साल 1.5 साल रह गया इन वाहगुरु करके टपा लो की करो भज्जा नस्सी वाला काम एक 56 साल का बंदा कितों कर लूगा वो उत्ते प्रैशर ही इन्ना बर्डिंग ही इन्नी ज्यादा है कि उन्होंने घर के पक्षों भी देखना पै रहा क्योंकि बच्चे ब्याहन वाले है व्याहे हुए ने कोई घर की प्रॉब्लम है वो तो 100 तरह का कुछ होंगे चलता लेकिन जेड़ा नवा यूथ भर्ती किया कितने है
ਸਾਰੀਆਂ ਗੱਲਾਂ ਛੱਡ ਦਈਏ, ਹੁਣ ਆਹ ਵਾਲਾ ਜਿਹੜਾ ਮਸਲਾ ਇਹਦਾ ਹੁਣ ਕੀ ਹੋਊਗਾ? ਦੇਖੋ ਜੀ, ਲੋਕਾਂ ਨੂੰ ਪਹਿਲੀ ਗੱਲ ਤਾਂ ਇਹ ਹੈ, ਜਦੋਂ ਹੁਣ ਇਹ ਪ੍ਰੋਬਲਮ ਹੈਗੀ ਹੈ, ਇਹ ਨਹੀਂ ਗਾ ਵੀ ਇਹ ਪ੍ਰੋਬਲਮ ਨਹੀਂ ਗੀ, ਮੈਂ ਉਹੀ ਗੱਲ ਸ਼ੁਰੂ ਦੇ ਵਿੱਚ ਹੀ ਮੈਂ ਤੁਹਾਨੂੰ ਦੱਸਦੀ ਹੈ ਕਿ ਬਹੁਤ ਵਾਰ ਜਿਹੜੀ ਹੈ ਟਿੱਬੇ ਦੇ ਉੱਪਰ ਪੁਲਿਸ ਜਾਂਦੀ ਹੈ, ਲੋਕਾਂ ਨੇ ਜਿਹੜਾ ਇਤਰਾਜ਼ ਕੀਤਾ, ਲੋਕਾਂ ਨੇ ਐਸ ਐਸ ਪੀ ਨੂੰ ਵੀ ਜਿਹੜਾ ਉੱਥੇ ਸੱਦ ਕੇ ਵੀ ਬੋਲਿਆ, ਲੋਕ ਇਕੱਠੇ ਹੋ ਕੇ ਵੀ ਗਏ ਵੀ ਇਹ ਵਾਰਦਾਤਾਂ ਸਾਡੇ ਵੱਧ ਰਹੀਆਂ, ਸਾਡੇ ਏਰੀਏ ਨੂੰ ਫੋਰਸ ਦਿਓ। ਹੁਣ ਇੱਥੇ ਕੁੜੀ ਇੱਕ ਜਿਹੜੀ ਹੈ ਉਹ ਐਸ ਐਚ ਓ ਲੱਗੀ ਹੋਈ ਹੈ, ਕੁੜੀ ਸਖ਼ਤ ਹੈ, ਇਹ ਨਹੀਂ ਗਾ ਵੀ ਕੁੜੀ ਦਾ ਆਪਾਂ ਕਹੀਏ ਵੀ ਉਹ ਸਖ਼ਤ ਨਹੀਂ, ਉਹ ਸਖ਼ਤ ਹੈ। ਕ੍ਰਾਈਮ ਹਰ ਇੱਕ ਮੁਲਾਜ਼ਮ ਜਿਹੜਾ ਰੋਕਣਾ ਚਾਹੁੰਦਾ, ਲੇਕਿਨ ਉਹਦੀ ਕਿਤੇ ਨਾ ਕਿਤੇ ਬੇਵਸੀ ਹੈ। ਬੇਵਸੀ ਕੀ ਹੈ ਕਿ ਉਹ ਕਹਿੰਦਾ ਮੇਰੇ ਕੋਲ ਕੋਈ ਮੇਰੇ ਨਾਲ ਮੁਲਾਜ਼ਮ ਦਾ ਹੋਵੇ, ਮੇਰੇ ਕੋਲ ਕੋਈ ਗੌਰਮੈਂਟ ਤੋਂ ਸਾਨੂੰ ਵੀ ਕੁਛ ਜਿਹੜਾ ਦਿੱਤਾ, ਕੋਈ ਸਾਡੇ ਕੋਲ ਵੀ ਸਕੂਟਰ ਮੋਟਰਸਾਈਕਲ ਕਾਰ ਜੀਪ ਕੁਛ ਤਾਂ ਹੋਣੀ ਚਾਹੀਦੀ ਹੈ, ਮੈਂ ਆਪਦਾ ਵਹੀਕਲ ਪ੍ਰਾਈਵੇਟ ਤੌਰ ਦੇ ਉੱਤੇ ਕਿਵੇਂ ਤੋੜਾਂ, ਕਿਵੇਂ ਵਰਤਾਂ ਉਹਨੂੰ। ਚਲੋ ਐਮ ਐਲ ਏ ਸਾਹਿਬ ਇਸ ਏਰੀਏ ਦੇ ਨੇ, ਗਿੱਲ ਸਾਹਿਬ ਬਹੁਤ ਪੁਰਾਣੇ ਪੋਲੀਟੀਸ਼ੀਅਨ ਨੇ, ਉਹਨਾਂ ਨੂੰ ਬਹੁਤ ਬਰੀਕੀਆਂ ਬਾਰੇ ਨੌਲੇਜ ਹੈ। ਫਿਰ ਉਹ ਇਸ ਸ਼ਹਿਰ ਦੇ ਵਿੱਚ ਇੱਥੋਂ ਦੇ ਐਮ ਐਲ ਏ ਨੇ, ਇਸ ਏਰੀਏ 'ਚ ਰਹਿੰਦੇ ਨੇ, ਕੀ ਕਰ ਰਹੇ ਨੇ ਜੀ ਉਹ ਇੰਨੇ ਚਿਰ ਤੋਂ? ਉਹਨਾਂ ਨੂੰ 11 ਮਹੀਨੇ ਹੋ ਗਏ ਐਮ ਐਲ ਏ ਬਣਿਆਂ ਨੂੰ, ਉਹਨਾਂ ਨੇ ਕੀ ਕੀਤਾ ਫਿਰ ਹੁਣ ਤੱਕ? ਦੇਖੋ ਜੀ, ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ ਵੀ ਐਮ ਐਲ ਏ ਸਾਹਿਬ ਨੇ ਕੀ ਕੀਤਾ, ਇਹ ਉਹਨਾਂ ਨੂੰ ਪਤਾ ਵੀ ਉਹਨਾਂ ਨੇ ਕੀ ਕੀਤਾ। ਪਰ ਸਾਡੇ ਇਸ ਏਰੀਏ ਦਾ ਹਾਲ ਬਹੁਤ ਬੁਰਾ, ਬਹੁਤ ਜ਼ਿਆਦਾ ਬੁਰਾ ਹਾਲ ਹੈ ਵੀ ਤੁਸੀਂ ਦੇਖ ਹੀ ਰਹੇ ਹੋ ਜੀ। ਹਾਂ, ਆਹ ਸੜਕਾਂ ਨੇ ਇਹ ਲੋਕਾਂ ਦੇ ਲੰਘਣ ਵਾਸਤੇ ਕਿ ਰੀਡਿੰਗਾਂ ਵਾਸਤੇ? ਪਹਿਲਾਂ ਮੈਨੂੰ ਇਹ ਦੱਸੋ। ਚਲੋ ਦੇਖੋ, ਗਰੀਬ ਗਰੀਬ ਬੰਦੇ ਨੂੰ, ਮੈਂ ਨਹੀਂ ਕਹਿੰਦਾ ਰੁਜ਼ਗਾਰ ਨਹੀਂ ਕਿਸੇ ਹੋਣਾ ਚਾਹੀਦਾ, ਬਾਈ ਜੀ ਸੜਕਾਂ ਜਿਹੜੀਆਂ ਉਹ ਲੋਕਾਂ ਦੇ ਚੱਲਣ ਵਾਸਤੇ ਹੁੰਦੀਆਂ, ਟ੍ਰੈਫਿਕ ਦੇ ਚੱਲਣ ਵਾਸਤੇ ਹੁੰਦੀਆਂ, ਜਾਂ ਉਹ ਅੱਡਿਆਂ ਵਾਸਤੇ ਹੁੰਦੀਆਂ? ਪਹਿਲਾਂ ਮੈਨੂੰ ਇੱਕ ਚੀਜ਼ ਦੱਸਿਓ। ਮੈਂ ਇੱਕ ਬੇਨਤੀ ਕਰਦਾ, ਇੱਥੇ ਰਮਾਣਾ ਸਾਹਿਬ ਐਸ ਐਚ ਓ ਸੀਗੇ, ਡੀ ਐਸ ਪੀ ਵੀ ਰਹੇ ਇਸ ਏਰੀਏ ਦੇ ਵਿੱਚ, ਉਹਨਾਂ ਨੇ ਇਸ ਓਵਰ ਬ੍ਰਿਜ ਤੋਂ ਲੈ ਕੇ ਉਹ ਅੰਡਰ ਬ੍ਰਿਜ ਤੱਕ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਗੀ ਕਿ ਇੱਥੇ ਤੁਸੀਂ ਆਪਦਾ ਕੋਈ ਅੱਡਾ ਲਾਓਗੇ। ਇਹਨਾਂ ਨੂੰ ਆਹ ਸਾਈਡ ਦੇ ਉੱਤੇ ਨਾ ਪ੍ਰਸਾਦ ਨਗਰ ਸਬਜ਼ੀ ਬਾਜ਼ਾਰ, ਫਲ ਬਾਜ਼ਾਰ ਇਹ ਸਾਰੇ ਬਣਾਤੇ ਨਾ, ਉਹ ਕਹਿੰਦੇ ਸੀਗੇ ਕਿ ਆਹ ਰੋਡ ਦੇ ਉੱਤੇ ਹੈਵੀ ਟ੍ਰੈਫਿਕ ਵੀ ਆਉਂਦਾ, ਛੋਟਾ ਟ੍ਰੈਫਿਕ ਵੀ ਚੱਲਦਾ, ਬਸ ਇੰਨੀ ਕੁ ਜਗ੍ਹਾ ਦੇ ਵਿੱਚ ਜ਼ਿਆਦਾ ਟ੍ਰੈਫਿਕ ਹੈ ਵੀ ਇਹ ਜਗ੍ਹਾ ਖਾਲੀ ਹੋਣੀ ਚਾਹੀਦੀ ਹੈ। ਜਦੋਂ ਉਹ ਇੱਥੋਂ ਬਦਲ ਗਏ, ਜਦੋਂ ਉਹ ਚਲੇ ਗਏ, ਉਹ ਸਾਰਾ ਕੁਛ ਹੋ ਗਿਆ। ਹੁਣ ਤੁਸੀਂ ਪੁੱਛ ਲਓ ਇਹ ਜੀ ਫਲਾਣੇ ਐਮ ਸੀ ਨੇ ਲਵਾਈ ਹੈ ਜੀ, ਇਹ ਧੌਂਕੇ ਨੇ ਲਵਾਈ ਹੈ, ਇਹ ਫਿਰ ਜੇ ਇਹਨਾਂ ਨੇ ਇਹੀ ਕੰਮ ਕਰਨੇ ਨੇ ਫਿਰ ਸੜਕਾਂ ਦੇ ਵਿੱਚ ਉਹ ਕਰ ਦਿਓ ਨਾ। ਦੇਖੋ ਵੀ ਰਾਜੇ, ਗੱਲ ਪਤਾ ਕੀ ਹੈ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਗੱਲ ਇਹ ਹੈ ਵੀ ਜਿਹੜਾ ਬੇੜੀ ਡੁੱਬਦੀ ਹੈ ਉਹ ਡੋਬਦਾ ਕੌਣ? ਵੋਟਾਂ ਖਾਤਰ ਇਹ ਲੋਕ ਜਿਵੇਂ ਕੋਈ ਸਹੀ ਕਰ ਰਿਹਾ ਉੱਧਰ, ਜੇ ਕੋਈ ਗਲਤ ਕਰ ਰਿਹਾ ਤਾਂ ਉੱਧਰ, ਇਹਨਾਂ ਨੂੰ ਕਹਿੰਦਾ ਵੀ ਮੇਰੀ ਵੋਟ ਨਾ ਮਾਰ ਜਾਏ, ਕੋਈ ਉਹ ਐਮ ਸੀ ਹੈ, ਐਮ ਪੀ ਹੈ, ਐਮ ਐਲ ਏ ਹੈ, ਵਾਰਡ ਹੈ, ਵਾਰ ਜੇ ਉਹ ਵੀ ਹੈ, ਪਰ ਉਹਨਾਂ ਨੂੰ ਕਹਿੰਦਾ ਵੀ ਨਹੀਂ ਯਾਰ, ਨਹੀਂ ਨਹੀਂ ਮੇਰੀ ਵੋਟ ਨਾ ਖਰਾਬ ਹੋ ਜਾਏ। ਉਹ ਲੋਕ ਇਹ ਨਹੀਂ ਦੇਖਦੇ ਵੀ ਮੇਰੇ ਸ਼ਹਿਰ ਦੇ ਵਿੱਚ ਹਾਲਾਤ ਕਿੱਦਾਂ ਸੁਧਰਨਗੇ, ਮੇਰੇ ਸ਼ਹਿਰ ਦੇ ਹਾਲਾਤ ਸੋਹਣੇ ਕਿੱਦਾਂ ਹੋਣਗੇ, ਕਿ ਮੇਰਾ ਸ਼ਹਿਰ ਵਧੀਆ ਕਿੱਦਾਂ ਹੋਊਗਾ। ਪਰ ਚਿੰਤਾ ਜਿਹੜੀ ਹੈ, ਨੋ ਡਾਊਟ, ਚਲੋ ਸਤਾਉਂਦੀ ਹੁੰਦੀ ਵੀ ਯਾਰ ਜਿਹੜੇ ਸ਼ਹਿਰ ਦੇ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਕੱਲ੍ਹ ਨੂੰ ਇਹ ਹੋਵੇ ਵੀ ਯਾਰ ਬੱਚਾ ਮੁੰਡਾ ਕੁੜੀ ਕੋਈ ਵੀ ਜਦੋਂ ਅਸੀਂ ਜਾਂਦਾ ਤੇ ਉਹ ਡਰਦਾ ਜਾਵੇ, ਮਨ ਦੇ ਵਿੱਚ ਧੁੜਕੂ ਲੱਗਿਆ ਰਹੇ, ਹਾਏ ਯਾਰ ਕੁਛ ਆਹ ਨਾ ਹੋ ਜਾਏ, ਆਹ ਨਾ ਹੋ ਜਾਏ। ਪਰ ਕੁੱਲ ਮਿਲਾ ਕੇ ਦੇਖੋ ਜੀ, ਗੱਲਾਂ ਬਹੁਤ ਲੰਬੀਆਂ ਹੋ ਗਈਆਂ, ਇਸ ਏਰੀਏ ਬਾਰੇ ਚਿੰਤਤ ਕਰਨ ਦੀ ਜ਼ਰੂਰਤ ਹੈ। ਯੈਸ, ਇਸ ਏਰੀਏ ਕਿ ਟੋਟਲ ਬਠਿੰਡੇ ਨੂੰ ਦੇਖਣਾ ਪਏਗਾ, ਵਾਚਣਾ ਪਏਗਾ। ਰਹੀ ਲਾਸਟ ਵਿੱਚ ਇੱਕ ਗੱਲ ਕਰਕੇ ਜਾਵਾਂ, ਜਿਸ ਤਰ੍ਹਾਂ ਇਹਨਾਂ ਨੇ ਮੈਂ ਗੱਲ ਕੀਤੀ ਸੀ ਵੀ ਇਸ ਜਿਹੜਾ ਕਨਾਲ ਥਾਣਾ ਇਹਦੇ ਵਿੱਚ ਐਸ ਐਚ ਓ ਕੋਈ ਟਿਕਦਾ ਕਿਉਂ ਨਹੀਂ? ਵੀਰਾ ਜੀ ਨੇ ਜਿਵੇਂ ਗੱਲ ਕੀਤੀ, ਨੋ ਡਾਊਟ ਹਰ ਅਫਸਰ ਕੰਮ ਕਰਨਾ ਚਾਹੁੰਦਾ ਯਾਰ, ਹਰ ਮੁਲਾਜ਼ਮ ਕੰਮ ਕਰਨਾ ਚਾਹੁੰਦਾ, ਪਰ ਗੱਲ ਕੀ ਆ ਜਾਂਦੀ ਹੈ? ਮੈਨ ਪਾਵਰ। ਜਦੋਂ ਮੈਨ ਪਾਵਰ ਨਹੀਂ, ਬੰਦਾ ਕੰਮ ਨਹੀਂ ਕਰ ਸਕਦਾ, ਤਾਂ ਫਿਰ ਸਾਡੇ ਵਰਗੀ ਜਨਤਾ ਜਾ ਕੇ ਉੱਥੇ ਧਰਨੇ ਲਾਉਂਦੀ ਹੈ, ਐਸ ਐਚ ਓ ਮੁਰਦਾਬਾਦ ਕਰਦੀ ਹੈ। ਫਿਰ ਅਗਲਾ ਕਹਿੰਦਾ ਯਾਰ ਵੀ ਜਦੋਂ ਸਾਡੇ, ਅਸੀਂ ਕਿਹਨੂੰ ਦੱਸਦੇ ਫਿਰਾਂਗੇ ਵੀ ਬਾਈ ਜੀ ਸਾਡੇ ਕੋਲ ਮੈਨ ਪਾਵਰ ਹੈ ਨਹੀਂ? ਜੇ ਉਹ ਇਹ ਕਹਿੰਦੇ ਨੇ ਪਬਲਿਕ ਦੇ ਵਿੱਚ ਵੀ ਮੈਨ ਪਾਵਰ ਹੈ ਨਹੀਂ, ਤਾਂ ਸੀਨੀਅਰ ਅਫਸਰ ਕੀ ਕਹਿੰਦੇ ਨੇ? ਕਾਕਾ ਤੈਨੂੰ ਕਿਹਨੇ ਕਿਹਾ ਸੀ ਇਹ ਕਹਿਣ ਨੂੰ? ਤੇਰੇ ਕੋਲ ਕੰਮ ਨਹੀਂ ਹੁੰਦਾ, ਚੱਲ ਤੈਨੂੰ ਅਸੀਂ ਉੱਥੇ ਸੁੱਟ ਦਿੰਦੇ ਹਾਂ, ਤੈਨੂੰ ਅਸੀਂ ਉੱਥੇ ਕਰ ਦਿੰਦੇ ਹਾਂ। ਇਸ ਕਰਕੇ ਬੇਨਤੀ ਇਹ ਹੈ ਵੀ ਸ਼੍ਰੀਮਾਨ, ਰਿਕੁਐਸਟ ਹੈ ਕਿ ਸਾਨੂੰ ਮੈਨ ਪਾਵਰ ਪੁਲਿਸ ਦੀ ਦਿੱਤੀ ਜਾਵੇ ਇਸ ਏਰੀਏ ਨੂੰ, ਤਾਂ ਜੋ ਇੱਥੋਂ ਦਾ ਕੁਛ ਫਾਇਦਾ ਹੋ ਸਕੇ। ਜੋ ਹੋਣਾ ਸੀ ਉਹ ਹੋ ਚੁੱਕਿਆ, ਪਰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਥੋੜ੍ਹੀ ਸਖਤੀ ਕੀਤੀ ਜਾਵੇ ਤਾਂ ਜੋ ਇਹੋ ਜਿਹਾ ਕੁਛ ਨਾ ਹੋਵੇ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।